ਪਾਤਸ਼ਾਹ ਦੇ ਬਚਨ ਨੇ, ਕਹਿੰਦੇ ਸਾਡੇ ਇਸ ਮਨ ਨੂੰ ਕਦੋਂ ਅਸੀਂ ਸ਼ਬਦਾਂ ਨੂੰ ਸੁਣਿਆ, ਕਿਵੇਂ ਇਹ ਸਾਡਾ ਮਨ ਜਿਹੜਾ ਇਹ ਵਿਚਾਰਾਂ ਤੋਂ ਰਹਿਤ ਹੋ ਕੇ ਨਿੱਜ ਘਰ ਦੇ ਵਿੱਚ ਆ ਜਾਂਦਾ ਹੈ। ਜਦੋਂ ਇਹ ਧਿਆਨ ਦੇ ਨਾਲ ਸਤਿਗੁਰ ਦੇ ਬਚਨ ਪੜ੍ਹਦਾ ਆ, ਸਤਿਗੁਰ ਦੇ ਬਚਨ ਸੁਣਦਾ ਆ, ਧਿਆਨ ਸ਼ਬਦ ਦਾ ਅਭਿਆਸ ਕਰਦਿਆਂ ਉਹ ਧੁਨ ਵਿੱਚ ਲਾ ਲੈਂਦਾ ਆ, ਜਿਸ ਤਰ੍ਹਾਂ ਆਪਾਂ ਨੂੰ ਜੁਗਤੀ ਦੱਸੀ, ਤਰੀਕਾ ਦੱਸਿਆ, ਗੁਰਬਾਣੀ ਨੂੰ ਪੜ੍ਹਦਾ, ਸਿਮਰਨ ਕਰਦਾ, ਅਤੇ ਚੌਥੇ ਪਾਤਸ਼ਾਹ ਸਾਨੂੰ ਸਮਝਾ ਰਹੇ ਵੀ ਸਾਡੇ ਮਨ ਦੀ ਅਵਸਥਾ ਕਿਵੇਂ ਬਣਦੀ ਹੈ। ਕਹਿੰਦੇ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿੱਜ ਕਰਿਆ ਆਵੇਗੋ। ਜਦੋਂ ਮਨ ਸਾਡਾ ਪਤੀਤ ਜਾਂਦਾ, ਜੁੜ ਜਾਂਦਾ, ਇਹ ਨਿੱਜ ਘਰ ਦੇ ਵਿੱਚ ਵਾਸਾ ਕਰ ਲੈਂਦਾ ਆ, ਉੱਥੋਂ ਦੀ ਸਾਨੂੰ ਨਿਸ਼ਾਨੀ ਦੱਸ ਰਹੇ ਨੇ ਵੀ ਉੱਥੇ ਫਿਰ ਕੀ ਪ੍ਰਗਟ ਹੁੰਦਾ। ਜਦੋਂ ਆਪਾਂ ਨਿੱਜ ਘਰ ਦੇ ਵਿੱਚ ਬੈਠ ਜਾਂਦੇ ਹਾਂ, ਜਦੋਂ ਆਪਾਂ ਥਿਰ ਘਰ ਦੇ ਵਿੱਚ ਬੈਠ ਜਾਂਦੇ ਹਾਂ, ਕਹਿੰਦੇ ਤਹਿ ਅਨਹਦ ਧੁਨੀ ਬਾਜਹ ਨਿਤ ਬਾਜੇ, ਨਿਜਰ ਧਾਰ ਚਵਾਵੇ ਗੋ। ਜਿੱਥੇ ਜਾ ਕੇ ਉਹ ਅਨਹਦ ਧੁਨਾਂ ਸਾਨੂੰ ਸੁਣਦੀਆਂ, ਉਹ ਅਨਹਦ ਸ਼ਬਦ ਸਾਨੂੰ ਸੁਣਦੇ ਨੇ, ਜਿਸ ਨੂੰ ਸੁਣ ਕੇ ਜਿਹੜਾ ਗੁਰੂ ਦੀ ਮੱਤ ਹੈ, ਜਿਹੜਾ ਆਪਾਂ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਵਾਰ ਵਾਰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ ਗੁਰੂ ਵਾਲੇ ਬਣਨ ਵਾਸਤੇ ਕਿਹਾ ਹੈ, ਗੁਰੂ ਦੀ ਮੱਤ ਲੈਣ ਵਾਸਤੇ ਕਿਹਾ ਹੈ। ਕਿਉਂਕਿ ਜਿੰਨਾ ਚਿਰ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਆਪਣੀ ਮੱਤ ਅਨੁਸਾਰ ਚੱਲਦੇ ਹਾਂ, ਚਾਹੇ ਅਸੀਂ ਬਾਣੀ ਪੜ੍ਹੀਏ, ਚਾਹੇ ਅਸੀਂ ਆਪਣੀ ਮੱਤ ਦੁਆਰਾ ਸਿਮਰਨ ਕਰੀਏ, ਸਾਡਾ ਇਹ ਮਨ ਜਿਹੜਾ ਇਹ ਥਿਰ ਨਹੀਂ ਹੁੰਦਾ, ਸਾਡਾ ਜਿਹੜਾ ਇਹ ਮਨ ਆ ਇਹ ਵਿਚਾਰਾਂ ਫੁਰਨਿਆਂ ਤੋਂ ਰਹਿਤ ਨਹੀਂ ਹੁੰਦਾ। ਤਾਂ ਹੀ ਬਹੁਤੇ ਆਪਣੇ ਜੀਵਾਂ ਦਾ ਇਹੀ ਸਵਾਲ ਹੁੰਦਾ ਆ ਕਿ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸਾਡਾ ਜਿਹੜਾ ਇਹ ਮਨ ਆ ਇਹ ਟਿਕਦਾ ਨਹੀਂ, ਸਾਡਾ ਜਿਹੜਾ ਇਹ ਮਨ ਥਿਰ ਨਹੀਂ ਹੁੰਦਾ। ਅਤੇ ਆਪਾਂ ਨੂੰ ਗੁਰਬਾਣੀ ਦੇ ਵਿੱਚ ਪਾਤਸ਼ਾਹ ਸਮਝਾਉਂਦੇ ਨੇ ਵੀ ਜਿੰਨਾ ਚਿਰ ਤੁਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਆਪਣੀ ਮੱਤ ਦੁਆਰਾ ਕਰਦੇ ਹੋ, ਉਹਨਾਂ ਚਿਰ ਆਪਾਂ ਜੋ ਸਤਿਗੁਰ ਦੇ ਬਚਨ ਪੜ੍ਹਦੇ ਹਾਂ, ਪੜ੍ਹਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ। ਕੇਵਲ ਪੜ੍ਹਨ ਦੇ ਨਾਲ ਆਪਣੀ ਮੱਤ ਦੁਆਰਾ ਜੇ ਵਿਚਾਰਾਂ ਵਿੱਚ ਮੰਨ ਰਿਹਾ, ਇਹ ਵਿਚਾਰਾਂ ਦੀ ਮੈਲ ਆ ਜਿਹੜੀ ਸਾਡੀ ਉਤਰਨੀ ਨਹੀਂ, ਮਨ ਵਿਚਾਰਾਂ ਤੋਂ ਰਹਿਤ ਨਹੀਂ ਹੋਣਾ। ਤਾਂ ਹੀ ਆਪਾਂ ਨੂੰ ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਮਨਮੁੱਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ। ਜਿਹੜੇ ਇਹ ਵਿਚਾਰ ਨੇ ਇਹ ਫੁਰਨੇ ਨੇ, ਮਨਮੁੱਖ ਸਿਮਰਨ ਤਾਂ ਕਰਦੇ ਨੇ ਲੇਕਿਨ ਇਹ ਵਿਚਾਰ ਨਹੀਂ ਰੁਕਦੇ, ਫੁਰਨੇ ਨਹੀਂ ਰੁਕਦੇ। ਇਹ ਜਿਹੜੀ ਮੈਲ ਆ ਵਿਚਾਰਾਂ ਦੀ, ਇਹ ਫੁਰਨਿਆਂ ਦੀ, ਇਹ ਦਿਨ ਰਾਤ ਮਨ 'ਤੇ ਲੱਗੀ ਜਾਂਦੀ, ਚੜ੍ਹੀ ਜਾਂਦੀ ਹੈ। ਆਪਾਂ ਨੂੰ ਹੁਣ ਗੁਰਬਾਣੀ ਵਿੱਚ ਪਾਤਸ਼ਾਹ ਸਮਝਾਉਂਦੇ ਸੁਣਨਾ ਸਭ ਤੋਂ ਪਹਿਲਾਂ, ਅਤੇ ਇਹੀ ਆਪਾਂ ਨੂੰ ਮਹਾਂਪੁਰਖਾਂ ਨੇ ਗਿਆਨ ਦਿੱਤਾ। ਜੇ ਤੁਸੀਂ ਸਿਮਰਨੀ ਵੀ ਕਰਦੇ ਹੋ ਤਾਂ ਵੀ ਸੁਣਨ ਦੀ ਅਵਸਥਾ ਵਿੱਚ ਆਉਣਾ, ਜੇ ਗੁਰਬਾਣੀ ਪੜ੍ਹਦੇ ਹੋ ਤਾਂ ਵੀ ਸੁਣਨ ਦੀ ਅਵਸਥਾ ਵਿੱਚ ਆਉਣਾ, ਜੇ ਤੁਸੀਂ ਬਾਣੀ ਪੜ੍ਹ ਕੇ ਸੁਣਦੇ ਹੋ ਤਾਂ ਮਨ ਟਿਕ ਜਾਂਦਾ, ਥਿਰ ਹੋ ਜਾਂਦਾ।
ਜੇ ਸ਼ਬਦ ਦਾ ਅਭਿਆਸ ਕਰਦੇ ਹੋਇਆਂ ਵੈਖਰੀ ਬਾਣੀ ਵਿੱਚ ਬੋਲ ਕੇ ਆਪਣੀ ਆਵਾਜ਼ ਨੂੰ ਸੁਣਦੇ ਹੋ, ਧੁਨ ਨੂੰ ਸੁਣਦੇ ਹੋ, ਤਾਂ ਤੁਹਾਡਾ ਜਿਹੜਾ ਇਹ ਮਨ ਥਿਰ ਹੋ ਜਾਂਦਾ ਹੈ। ਤਾਂ ਹੀ ਚੌਥੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਇਹ ਅਵਸਥਾ ਹੈ, ਜਦੋਂ ਆਪਾਂ ਸੁਣਨਾ ਸ਼ੁਰੂ ਕਰ ਦਿੱਤਾ ਉਦੋਂ ਸਾਡਾ ਮਨ ਜਿਹੜਾ ਇਹ ਵਿਚਾਰਾਂ ਤੋਂ ਰਹਿਤ ਹੋ ਜਾਣਾ, ਇਹਨੇ ਫੁਰਨਿਆਂ ਤੋਂ ਰਹਿਤ ਹੋ ਜਾਣਾ, ਅਤੇ ਸਾਨੂੰ ਸੋਝੀ ਸਾਨੂੰ ਗਿਆਨ ਆਉਣਾ ਸ਼ੁਰੂ ਹੋ ਜਾਣਾ। ਤਾਂ ਹੀ ਉਹਨਾਂ ਨੇ ਆਪਾਂ ਨੂੰ ਗਿਆਨ ਦਿੱਤਾ, ਕਹਿੰਦੇ ਸਭ ਤੋਂ ਪਹਿਲਾਂ ਸਾਡੇ ਮਨ ਦੀ ਜਿਹੜੀ ਅਵਸਥਾ ਬਣੀ, ਸਾਡਾ ਮਨ ਜਿਹੜਾ ਇਹ ਨਿੱਜ ਘਰ ਦੇ ਵਿੱਚ ਇਸ ਅਵਸਥਾ ਵਿੱਚ ਆਉਂਦਾ, ਅਤੇ ਉੱਥੇ ਜਾ ਕੇ ਫਿਰ ਆਪਾਂ ਉਹ ਅਨਹਦ ਧੁਨਾਂ ਨੂੰ ਸੁਣਦੇ ਹਾਂ। ਦਿਨ ਰਾਤ ਜਿਹੜੇ ਅਨਹਦ ਵਾਜੇ ਵੱਜ ਰਹੇ ਨੇ ਉਹ ਸਾਨੂੰ ਸੁਣਦੇ ਨੇ। ਇੱਥੇ ਹੀ ਫਿਰ ਉਹ ਜਿਹੜੀ ਧਾਰ ਚਾਹੁੰਦੀ ਅੰਮ੍ਰਿਤ ਦੀ, ਉਹ ਫਿਰ ਗੁਰਮੁਖ ਜਨ ਉਹ ਅੰਮ੍ਰਿਤ ਰਸ ਦੀ ਪ੍ਰਾਪਤੀ ਕਰਦੇ ਨੇ, ਉਹ ਅੰਮ੍ਰਿਤ ਰਸ ਨੂੰ ਪੀਂਦੇ ਨੇ। ਇੱਥੇ ਜਾ ਕੇ ਹੀ ਸਾਨੂੰ ਸ਼ਬਦ ਦੀ ਸੋਝੀ ਆਉਂਦੀ ਹੈ।